ਬਹੁਤ ਹੀ ਅਨਹਾਈਜੀਨਿਕ ਕੰਡੀਸ਼ਨ ਦੇ ਵਿੱਚ ਘਿਓ ਪਿਆ ਜੀ। ਆਹ ਦੇਖੋ ਇਹਦੇ ਵਿੱਚ ਕੋਈ ਜਾਨਵਰ ਦਾ ਵੀ ਕੋਈ ਫੀਸਿਸ ਵਗੈਰਾ ਪਈਆਂ ਤੇ 25-26 ਡਰਮ ਹੈ ਜੀ, 200 ਕਿਲੋ ਇੱਕ ਦੇ ਵਿੱਚ ਹੈ। ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਕੰਪਲੇਂਟ ਆਈ ਹੈ ਜੀ, ਜਿਹਦੇ 'ਚ ਸਾਨੂੰ ਮੈਂਸ਼ਨ ਕਰਕੇ ਆਇਆ ਕਿ ਕੋਈ ਨਕਲੀ ਦੁੱਧ ਨਕਲੀ ਘਿਓ ਨਾ ਕੁਛ ਕਰ ਰਿਹਾ ਜੀ। ਅਤੇ ਅਸੀਂ ਜਦੋਂ ਆ ਕੇ ਦੇਖਿਆ ਤਾਂ ਸਾਨੂੰ ਡਾਊਟਫੁੱਲ ਹੈ ਜੀ, ਬਹੁਤ ਸਾਰੇ ਕੁਆਂਟਿਟੀ 'ਚ ਸਾਨੂੰ ਡਰਮਸ ਮਿਲਿਆ, ਅਪਰੋਕਸੀਮੇਟਲੀ 25-26 ਡਰਮਸ ਨੇ ਅਤੇ ਇੱਕ ਡਰਮ ਦੇ ਵਿੱਚ 200 ਕਿਲੋ ਤੋਂ ਉੱਤੇ ਘਿਓ ਹੈ ਜੀ। ਅਤੇ ਕੁਛ ਤੁਸੀਂ ਆਪ ਦੇਖ ਸਕਦੇ ਹੋ ਜੀ, ਬਹੁਤ ਹੀ ਅਨਹਾਈਜੀਨਿਕ ਕੰਡੀਸ਼ਨ ਦੇ ਵਿੱਚ ਘਿਓ ਪਿਆ ਜੀ। ਆਹ ਦੇਖੋ ਇਹਦੇ ਵਿੱਚ ਕੋਈ ਜਾਨਵਰ ਦਾ ਵੀ ਕੋਈ ਫੀਸਿਸ ਵਗੈਰਾ ਪਈਆਂ ਅਤੇ ਕਿਹਦੇ 'ਚ ਕੋਈ ਬਲੈਕਨੈਸ ਹੈ ਕੁਛ, ਦੇਖੋ ਆਹ ਸਾਰੇ ਜਾਲੇ ਲੱਗੇ ਜੀ, ਬਹੁਤ ਹੀ ਬੁਰਾ ਹਾਲ ਹੈ ਜੀ। ਕਿੰਨਾ ਮਾਲ ਪਕੜਾ ਗਿਆ ਜੀ ਟੋਟਲ? ਦੱਸਿਆ ਜਿਵੇਂ ਮੈਂ 25-26 ਡਰਮ ਹੈ ਜੀ, 200 ਕਿਲੋ ਇੱਕ ਦੇ ਵਿੱਚ ਹੈ। ਤੇ ਹੁਣ ਅਗਲੀ ਕੀ ਕਾਰਵਾਈ ਕੀਤੀ? ਅਸੀਂ ਹੁਣ ਡਿਫਰੈਂਟ ਬੈਚਸ ਦੇ ਵਿੱਚ ਇਹਨਾਂ ਦੇ ਮਿਕਸ ਕਰਕੇ ਸੈਂਪਲਸ ਲਵਾਂਗੇ ਤੇ ਸੀਜ਼ਰ ਕਰਾਂਗੇ। ਬਹੁਤ ਹੀ ਅਨਹਾਈਜੀਨਿਕ ਕੰਡੀਸ਼ਨ ਦੇ ਵਿੱਚ ਘਿਓ ਪਿਆ ਜੀ। ਆਹ ਦੇਖੋ ਇਹਦੇ ਵਿੱਚ ਕੋਈ ਜਾਨਵਰ ਦਾ ਵੀ ਕੋਈ ਫੀਸਿਸ ਵਗੈਰਾ ਪਈਆਂ ਤੇ 25-26 ਡਰਮ ਹੈ ਜੀ, 200 ਕਿਲੋ ਇੱਕ ਦੇ ਵਿੱਚ ਹੈ। ਸਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਕੰਪਲੇਂਟ ਆਈ ਹੈ ਜੀ, ਜਿਹਦੇ 'ਚ ਸਾਨੂੰ ਮੈਂਸ਼ਨ ਕਰਕੇ ਆਇਆ ਕਿ ਕੋਈ ਨਕਲੀ ਦੁੱਧ ਨਕਲੀ ਘਿਓ ਨਾ ਕੁਛ ਕਰ ਰਿਹਾ ਜੀ। ਅਤੇ ਅਸੀਂ ਜਦੋਂ ਆ ਕੇ ਦੇਖਿਆ ਤਾਂ ਸਾਨੂੰ ਡਾਊਟਫੁੱਲ ਹੈ ਜੀ, ਬਹੁਤ ਸਾਰੇ ਕੁਆਂਟਿਟੀ 'ਚ ਸਾਨੂੰ ਡਰਮਸ ਮਿਲਿਆ, ਅਪਰੋਕਸੀਮੇਟਲੀ 25-26 ਡਰਮਸ ਨੇ ਅਤੇ ਇੱਕ ਡਰਮ ਦੇ ਵਿੱਚ 200 ਕਿਲੋ ਤੋਂ ਉੱਤੇ ਘਿਓ ਹੈ ਜੀ। ਅਤੇ ਕੁਛ ਤੁਸੀਂ ਆਪ ਦੇਖ ਸਕਦੇ ਹੋ ਜੀ, ਬਹੁਤ ਹੀ ਅਨਹਾਈਜੀਨਿਕ ਕੰਡੀਸ਼ਨ ਦੇ ਵਿੱਚ ਘਿਓ ਪਿਆ ਜੀ। ਆਹ ਦੇਖੋ ਇਹਦੇ ਵਿੱਚ ਕੋਈ ਜਾਨਵਰ ਦਾ ਵੀ ਕੋਈ ਫੀਸਿਸ ਵਗੈਰਾ ਪਈਆਂ ਤੇ ਕਿਹਦੇ 'ਚ ਕੋਈ ਬਲੈਕਨੈਸ ਹੈ ਕੁਛ, ਦੇਖੋ ਆਹ ਸਾਰੇ ਜਾਲੇ ਲੱਗੇ ਜੀ, ਬਹੁਤ ਹੀ ਬੁਰਾ ਹਾਲ ਹੈ ਜੀ। ਕਿੰਨਾ ਮਾਲ ਪਕੜਾ ਗਿਆ ਜੀ ਟੋਟਲ? ਦੱਸਿਆ ਜਿਵੇਂ ਮੈਂ 25-26 ਡਰਮ ਹੈ ਜੀ, 200 ਕਿਲੋ ਇੱਕ ਦੇ ਵਿੱਚ ਹੈ। ਤੇ ਹੁਣ ਅਗਲੀ ਕੀ ਕਾਰਵਾਈ ਕੀਤੀ? ਅਸੀਂ ਹੁਣ ਡਿਫਰੈਂਟ ਬੈਚਸ ਦੇ ਵਿੱਚ ਇਹਨਾਂ ਦੇ ਮਿਕਸ ਕਰਕੇ ਸੈਂਪਲਸ ਲਵਾਂਗੇ ਤੇ ਸੀਜ਼ਰ ਕਰਾਂਗੇ ਜੀ।